ਯੂਰਪ ਵਾਲੇ ਵੀਰ ਵੀਡੀਓ ਨੂੰ ਜ਼ਰੂਰ ਦੇਖਿਓ ਸ਼ੇਅਰ ਜ਼ਰੂਰ ਕਰਿਓ ਵੀਡੀਓ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਹਰ ਇੱਕ ਯੂਰਪ ਵਾਲੇ ਵੀਰ ਤੱਕ ਪਹੁੰਚਣੀ ਚਾਹੀਦੀ ਹੈ ਕੋਈ ਵੀ ਯੂਰਪ ਵਾਲਾ ਵੀਰ ਵੰਝਣਾ ਰਹਿ ਸਕੇ ਕਿਉਂਕਿ ਹਰ ਇੱਕ ਬੰਦੇ ਦਾ ਨੁਕਸਾਨ ਹੋ ਸਕਦਾ ਜੇ ਇਹ ਵੀਡੀਓ ਹਰ ਇੱਕ ਇਨਸਾਨ ਤੱਕ ਨਾ ਪਹੁੰਚੀ ਜਿਹੜਾ ਇਨਸਾਨ ਯੂਰਪ ਦੇ ਵਿੱਚ ਰਹਿ ਰਿਹਾ ਆ ਤਿੰਨ ਚਾਰ ਵਾਰਦਾਤਾਂ ਪੈਰਿਸ ਦੇ ਵਿੱਚ ਹੋ ਚੁੱਕੀਆਂ ਨੇ ਇਟਲੀ ਦੇ ਵਿੱਚ ਵੀ ਵਾਰਦਾਤਾਂ ਹੋ ਚੁੱਕੀਆਂ ਨੇ ਵਾਰਦਾਤ ਇਹ ਹੈ ਜੀ ਕਿ ਨਕਲੀ ਪੁਲਿਸ ਵਾਲਿਆਂ ਦਾ ਜਿਹੜਾ ਕਿ ਗਰੋਹ ਘੁੰਮ ਰਿਹਾ ਆ ਸੇਮ ਹੀ ਘਟਨਾ ਨੂੰ ਅੱਜ ਤੋਂ ਡੇਢ ਮਹੀਨੇ ਪਹਿਲਾਂ ਅੰਜਾਮ ਦਿੱਤਾ ਸੀਗਾ ਜੀ ਤੇ ਇਹ ਤਾਂ ਪੰਜਾਬੀ ਆਈਟੀਏ ਪੰਜਾਬੀ YouTube ਚੈਨਲ ਦੇ ਉੱਪਰ ਵੀ ਕੁਲਵੀਰ ਸਿੰਘ ਨੇ ਵੀਡੀਓ ਅਪਲੋਡ ਕੀਤੀ ਸੀਗੀ ਕਿ ਇਟਲੀ ਦੇ ਵਿੱਚ ਨਕਲੀ ਪੁਲਿਸ ਵਾਲਿਆਂ ਨੇ ਕਿਸੇ ਘਰ ਦੇ ਵਿੱਚ ਚੋਰੀ ਕੀਤੀ ਆ ਜੀ ਉਹਨਾਂ ਨੂੰ ਘਰੇ ਘਰੇ ਗਏ ਕਹਿੰਦੇ ਜੀ ਤੁਹਾਡੇ ਘਰੇ ਚੋਰੀ ਹੋਈ ਆ ਤੁਸੀਂ ਚੈੱਕ ਕਰੋ ਆਪਣਾ ਸੋਨਾ ਚੈੱਕ ਕਰੋ ਆਪਣੇ ਪੈਸੇ ਚੈੱਕ ਕਰੋ ਉਸ ਪਰਿਵਾਰ ਨੇ ਜਦੋਂ ਸੋਨਾ ਖਾਣਾ ਆਪਣੇ ਪੈਸੇ ਬੁਸੇ ਲਿਆ ਕੇ ਚੈੱਕ ਕੀਤੇ ਤਾਂ ਪਿਸਤੌਲ ਰੱਖ ਕੇ ਉਹਨਾਂ ਦੇ ਅ ਫਿਰ ਦੇ ਉੱਪਰ ਤੇ ਉਹਨਾਂ ਦੇ ਜਿਹੜੇ ਸਾਰੇ ਪੈਸੇ ਉਸੇ ਸੀਗੇ ਸਾਰਾ ਕੁਝ ਲੈ ਕੇ ਰਫੂ ਚੱਕਰ ਹੋਗੇ ਉਹੀ ਸੇਮ ਘਟਨਾ ਪੈਰਿਸ ਫਰਾਂਸ ਦੇ ਵਿੱਚ ਇੱਕ ਪਿੰਡ ਦੇ ਵਿੱਚ ਹੋਈ ਹੈ ਜਿਹੜਾ ਕਿ ਪੈਰਿਸ ਸਿਟੀ ਤੋਂ 200 ਕਿਲੋਮੀਟਰ ਵਾੜ ਦੂਰ ਪੈਂਦਾ ਆ ਪਰਸੋਂ ਦੀ ਘਟਨਾ ਆ ਇਹ ਘਟਨਾ ਮੇਰੇ ਪਿੰਡ ਦੀ ਹੈ ਜਿੱਥੇ ਕਿ ਮੈਂ ਰਹਿ ਰਿਹਾ ਆ ਪੈਰਿਸ ਫਰਾਂਸ ਦੇ ਵਿੱਚ ਪੈਰਿਸ ਸਿਟੀ ਤੋਂ 2 250 ਕਿਲੋਮੀਟਰ ਦੂਰ ਪੈਂਦਾ ਆ ਪਿੰਡ ਦੇ ਵਿੱਚ ਇੱਥੇ ਵੀ ਸੇਮ ਹੀ ਉਹੀ ਤਰੀਕਾ ਅਪਣਾਇਆ ਗਿਆ ਕਿ ਤੁਹਾਡੇ ਘਰੇ ਚੋਰੀ ਹੋਈ ਹੈ ਤੁਸੀਂ ਆਪਣਾ ਸੁਮਲਾ ਸਾਲਾ ਚੈੱਕ ਕਰੋ ਜੋ ਵੀ ਪਿਆ ਤੇ ਲਾ ਤੁਹਾਡੇ ਕੋਲ ਹੈਗਾ ਆ ਕਾੜੇ ਚੋਰੀ ਹੋਈ ਹੈ ਵੀ ਸਾਨੂੰ ਰਿਪੋਰਟ ਮਿਲੀ ਆ ਉਹਨੇ ਸਾਰਾ ਕੁਝ ਕੀਤਾ ਜੀ ਲੈ ਕੇ ਉਹ ਨਿਕਲ ਗਏ ਇੱਕ ਘਟਨਾ ਹੋਰ ਤੀਜੀ ਜਿਹੜੀ ਘਟਨਾ ਸੀ ਕਿ ਪੈਰਿਸ ਦੇ ਵਿੱਚ ਇੱਕ ਮੁੰਡਾ ਬੈਂਕ ਦੇ ਵਿੱਚੋਂ ਪੈਸੇ ਕਢਾ ਕੇ ਨਿਕਲੇ ਆਪਣਾ ਪੰਜਾਬੀ ਮੁੰਡਾ ਤੇ ਉਹਨੂੰ ਵੀ ਜੀ ਸਾਈਡ ਦੇ ਉੱਪਰ ਲੈ ਕੇ ਕਹਿੰਦੇ ਜੀ ਆਪਣੀ ਆਇਡੈਂਟੀ ਦਿਖਾਓ ਤੇ ਕੋਲ ਪੇਪਰ ਹੈ ਨਹੀਂ ਸੀ ਉਹਦੇ ਜਿਹੜੇ ਪੈਸੇ ਬਟੂਆ ਮੋਬਾਈਲ ਮੂਲ ਲੈ ਕੇ ਨਿਕਲੇ ਕਹਿੰਦੇ ਜੀ ਇਹਨੂੰ ਕਹਿੰਦੇ ਥਾਣੇ ਆ ਜੀ ਆਹ ਆ ਥਾਣਾ ਪੈਂਦਾ ਆ ਆਹ ਡਰੈੱਸ ਆ ਆਗੇ ਪੇਸ਼ ਹੋ ਜਦੋਂ ਉਹ ਥਾਣੇ ਦੇ ਵਿੱਚ ਗਿਆ ਕਹਿੰਦਾ ਜੀ ਇਦਾਂ ਕਰਕੇ ਮੈਂ ਕਿਸੇ ਬੰਦੇ ਨੂੰ ਲਾਂ ਲੈ ਗਿਆ ਡਰ ਡਰ ਡਰਦਾ ਤੇ ਜਾ ਕੇ ਗੱਲ ਨਿਕਲੀ ਉਹ ਕਹਿੰਦੇ ਸਾਡੇ ਕਿਸੇ ਵੀ ਬੰਦੇ ਨੇ ਤੇਰੀ ਤੇ ਕਿਸੇ ਨੇ ਵੀ ਤੇਰੀ ਤਲਾਸ਼ੀ ਨਹੀਂ ਲਈ ਕਿਸੇ ਨੇ ਤੈਨੂੰ ਰੋਕਿਆ ਨਹੀਂਗਾ ਉਹ ਸਿਰਫ ਇੱਕ ਨਕਲੀ ਪੁਲਿਸ ਵਾਲੇ ਸੀਗੇ ਪੈरिस ਫਰਾਂਸ ਦੀ ਪੁਲਿਸ ਵੀ ਲੱਭ ਰਹੀ ਉਸ ਗ੍ਰਾਉਂਡ ਦੇ ਤੁਸੀਂ ਵੀ ਸਾਰੇ ਮੇਰੇ ਵੀਰ ਪੰਜਾਬੀ ਪਾਕਿਸਤਾਨੀ ਬੰਗਾਲੀ ਵੀਰ ਜਿਹੜੇ ਵੀ ਵੀਡੀਓ ਨੂੰ ਸੁਣ ਰਹੇ ਆ ਸਾਰੇ ਵੀਰ ਚਕੰਨੇ ਰਹੋ ਕੋਈ ਵੀ ਕਿਸੇ ਤੇ ਵਿਸ਼ਵਾਸ ਨਾ ਕਰੋ ਜੇਕਰ ਤੁਹਾਨੂੰ ਕੋਈ ਪੁਲਿਸ ਵਾਲਾ ਰੋਕਦਾ ਆ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਜਿਹੜੇ ਇੰਡੀਅਨ ਪਾਕਿਸਤਾਨੀ ਜਾਂ ਹੋਰ ਵੀ ਕਾਫੀ ਕੰਟਰੀਆਂ ਦੇ ਬੰਦੇ ਨੇ ਜਿਨ੍ਹਾਂ ਕੋਲ ਪੇਪਰ ਨਹੀਂ ਹੈਗੇ ਉਹ ਅਲੱਗ-ਅਲੱਗ ਬੰਦਿਆਂ ਨੂੰ ਆਪਣਾ-ਆਪਨਾ ਸ਼ਿਕਾਰ ਬਣਾਉਂਦੇ ਨੇ ਠੱਗੀ ਧੋਖਾ ਕਰਦੇ ਨੇ ਸਾਰੇ ਵੀਰ ਬਚ ਕੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਇੰਨੀ ਕੋਈ ਜ਼ਿਆਦਾ ਸ਼ੇਅਰ ਕਰੋ WhatsApp ਗਰੁੱਪਾਂ ਦੇ ਵਿੱਚ ਜੇਕਰ ਤੁਹਾਡੇ ਯੂਰਪ ਦੇ ਗਰੁੱਪ ਬਣੇ ਨੇ ਤਾਂ ਵੀਡੀਓ ਨੂੰ ਸ਼ੇਅਰ ਕਰੋ ਪੰਜਾਬੀ ਪਿਆਰ ਤੋਂ Facebook ਪੇਜ ਨੂੰ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਇਦਾਂ ਦੀਆਂ ਜਾਣਕਾਰੀਆਂ ਜਿਹੜੀਆਂ ਕਿ ਤੁਹਾਡੇ ਵਾਸਤੇ ਹੈਲਪਫੁਲ ਮਰਦ ਮਦਦਗਾਰ ਆਉਂਦੀਆਂ ਨੇ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ